श्री सिद्ध बाबा सोडल जी के 17 सितंबर को आ रहे मेले के उपलक्ष्य में चड्डा बिरादरी की ओर से शहर के गणमान्य लोगों को इस मेले में आमंत्रित करने के लिए निमंत्रण पत्र प्रदान किए जा रहे हैं। इसी के तहत श्री सिद्ध बाबा सोडल ट्रस्ट एवं चड्डा बिरादरी की ओर से पूर्व कैबिनेट मंत्री अवतार हेनरी, पूर्व विधायक राजेंद्र बेरी, पूर्व विधायक मनोरंजन कालिया, पूर्व CPS KD भंडारी व आप नेता अमित ढल को निमंत्रण पत्र प्रदान किया गया। इस अवसर पर सभी ने चड्डा बिरादरी को विश्वास दिलाया कि वे इस मेले में बढ़ चढ़कर भाग लेकर श्री सिद्ध बाबा सोडल जी का आशीर्वाद प्राप्त करेंगे और ट्रस्ट व चड्डा बिरादरी को अपना पूर्ण सहयोग देंगे। इस अवसर पर चड्डा बिरादरी के प्रधान विपन चड्डा बब्बी, महासचिव श्यामलाल चड्डा सहित अन्य सदस्यगण भी उपस्थित रहे। जालंधर से हलचल के लिए कैमरामैन सुरेंद्र बाबा की रिपोर्ट। श्री सिद्ध बाबा सोडल जी का जिहड़ा मेला है वो 17 सितंबर आ रहा है और अज चड्डा बिरादरी के सारे आगू साहबान मैं लैटर देने वास्ते आए और मैं जरूर उत्थे पहुंचांगा अपने परिवार समेत और जिहड़ा भी ਇਨਸਾਨ ਜੋ ਵੀ ਉੱਥੋਂ ਮੰਗਦਾ ਬਾਬਾ ਜੀ ਵੱਲੋਂ ਹੁਣ ਤਾਂ ਜੋ ਵੀ ਮੰਗ ਹੁੰਦੀ ਪੂਰੀ ਕੀਤੀ ਜਾਂਦੀ ਹੈ ਔਰ ਇਹ ਮੇਲਾ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਵਿੱਚ ਹੀ ਨਹੀਂ ਸਾਰੇ ਸੰਸਾਰ ਦੇ ਵਿੱਚ ਹੀ ਬੜੀ ਧੂਮਧਾਮ ਦੇ ਨਾਲ ਉੱਥੋਂ ਦੇ ਲੋਕ ਇੱਥੇ ਆਉਂਦੇ ਆ ਔਰ ਆਪਣੀਆਂ ਜੋ ਵੀ ਉਹਨਾਂ ਦੀਆਂ ਮਨੋਕਾਮਨੀਆਂ ਪੂਰੀਆਂ ਕਰਨ ਵਾਸਤੇ ਹਰ ਮੇਲੇ ਦੇ ਉੱਪਰ ਜ਼ੋਰ ਸ਼ੋਰ ਨਾਲ ਬੈਂਡ ਬਾਜੇ ਨਾਲ ਕੋਈ ਢੋਲ ਦੇ ਨਾਲ ਆਉਂਦਾ ਔਰ ਮੈਂ ਫਿਰ ਇੱਕ ਵਾਰ ਸਿੱਧ ਬਾਬਾ ਸੋਡਲ ਜੀ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਦਾ ਕਿ ਉਹਨਾਂ ਦਾ ਆਸ਼ੀਰਵਾਦ ਸਾਡੇ ਅਤੇ ਇਸ ਮੈਨੇਜਮੈਂਟ ਕਮੇਟੀ ਦੇ ਉੱਪਰ ਔਰ ਸਾਰੇ ਜਿੰਨੇ ਵੀ ਉੱਥੇ ਮੱਥਾ ਟੇਕਣ ਵਾਸਤੇ ਆਉਂਦੇ ਜੋ ਵੀ ਆਪਣੇ ਮਨ ਦੇ ਵਿੱਚ ਮੁਰਾਦ ਲੈ ਕੇ ਆਉਂਦੇ ਆ ਉਹਨਾਂ ਦੇ ਉੱਪਰ ਉਹਨਾਂ ਦਾ ਸੁੱਖ ਭਰਿਆ ਆਸ਼ੀਰਵਾਦ। ਜੈ ਬਾਬੇ। ਮੰਗਲਵਾਰ 17 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਸ਼੍ਰੀ ਸਿੱਧ ਬਾਬਾ ਸੋਡਲ ਬਾਬਾ ਜੀ ਦਾ ਮੇਲਾ ਜਿਹੜਾ ਬੜਾ ਹੀ ਹਰਸ਼ੋਲਾਸ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਚੱਡਾ ਬਰਾਦਰੀ ਵੱਲੋਂ ਮੈਨੇਜ ਕਰਕੇ ਇਹ ਬਹੁਤ ਹੀ ਵਿਸ਼ਵ ਪ੍ਰਸਿੱਧ ਇਹਨੂੰ ਆਪਾਂ ਕਹਿ ਸਕਦੇ ਪੂਰੀ ਦੁਨੀਆ 'ਚ ਲੋਕ ਆ ਜਿਹੜੇ ਇੱਥੇ ਮੱਥਾ ਟੇਕਣ ਲਈ ਅਤੇ ਬਹੁਤ ਹੀ ਮਸ਼ਹੂਰ ਮੇਲਾ ਜਿਹੜੇ ਸਾਡੇ ਨੌਰਥ ਇੰਡੀਆ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਮੇਲਾ। ਸਾਰੇ ਨਗਰ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੰਦੇ। ਜੈ ਸਿੰਘ ਬਾਬਾ ਸੋਡਲ। ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਵੀ ਬਾਬਾ ਸੋਡਲ ਜੀ ਦਾ ਮੇਲਾ ਆ ਰਿਹਾ ਔਰ ਝੰਡੇ ਦੀ ਰਸਮ 15 ਸਤੰਬਰ ਨੂੰ ਹੁੰਦੀ ਹੈ ਸ਼ਾਮੀ 5 ਵਜੇ ਔਰ ਇਹ ਮੇਲਾ ਇੱਕ ਦਿਨ ਪਹਿਲਾਂ ਸ਼ੁਰੂ ਹੁੰਦਾ ਅਤੇ ਇੱਕ ਦਿਨ ਬਾਅਦ ਤੱਕ ਚੱਲਦਾ ਰਹਿੰਦਾ ਹੈ ਔਰ ਇਹ ਉੱਤਰੀ ਭਾਰਤ ਦਾ ਸਭ ਤੋਂ ਬੜਾ ਮੇਲਾ ਹੈ ਔਰ ਇਹਦੇ ਵਿੱਚ ਲੋਕ ਮੁਰਾਦਾਂ ਮੰਗਦੇ ਹੈ ਜਿਨ੍ਹਾਂ ਦੀ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਉਹ ਢੋਲ ਢਮੱਕੇ ਨਾਲ ਆ ਕੇ ਧੰਨਵਾਦ ਕਰਦੇ ਜਾਂਦੇ ਹੈ। ਚੱਡਾ ਬਰਾਦਰੀ ਵੱਲੋਂ ਇਸਦਾ ਆਯੋਜਨ ਹੁੰਦਾ ਹੈ ਸੋ ਮੈਂ ਮੰਗਲ ਕਾਮਨਾ ਕਰਦਾ ਬਾਬਾ ਸੋਡਲ ਜੀ ਦੀ ਕਿਰਪਾ ਕਿਰਪਾ ਸਾਰਿਆਂ 'ਤੇ ਬਣੀ ਰਹੇ। ਬਹੁਤ ਹੀ ਇਹ ਮਾਣ ਦੀ ਗੱਲ ਹੈ ਕਿ 17 ਸਤੰਬਰ ਨੂੰ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਜਿਹੜਾ ਕਿ ਪੂਰੇ ਸੰਸਾਰ ਭਰ ਦੇ ਵਿੱਚ ਲੋਕ ਸ਼ਰਧਾ ਦੇ ਨਾਲ ਇੱਥੇ ਆਉਂਦੇ ਆ ਉਹ ਮਨਾਇਆ ਜਾ ਰਿਹਾ ਵੈ ਔਰ ਅੱਜ ਮੇਰੇ ਕੋਲ ਚੱਡਾ ਬਰਾਦਰੀ ਦੇ ਪ੍ਰਧਾਨ ਸਾਹਿਬ ਬੱਬੀ ਚੰਡਾ ਜੀ, ਸ਼ਾਮ ਲਾਲ ਜੀ, ਅਤੁਲ ਜੀ ਸਾਰੀ ਟੀਮ ਅੱਜ ਨਿਮੰਤਰਣ ਦੇਣ ਵਾਸਤੇ ਹਵਨ ਦੇ ਮੇਰੇ ਕੋਲ ਆਏ ਆ। ਮੈਂ ਇਹਨਾਂ ਦਾ ਵੈਲਕਮ ਕਰਦਾ ਮੈਂ ਸਾਰੀ ਸੰਗਤ ਨੂੰ ਆਹਵਾਨ ਕਰੂੰਗਾ ਕਿ ਆਪਾਂ ਸਾਰੇ 17 ਤਰੀਕ ਤੋਂ ਮੇਲਾ ਸ਼ੁਰੂ ਹੋ ਜਾਣਾ ਔਰ ਮੇਲਾ 4-5 ਦਿਨ ਚੱਲਦਾ ਵੈ ਔਰ ਇਸ ਮੇਲੇ ਦੀ ਇਸ ਮੰਦਿਰ ਦੀ ਇੰਨੀ ਆਸਥਾ ਵੈ ਕਿ ਲੋਕ ਵਿਦੇਸ਼ਾਂ ਦੇ ਵਿੱਚੋਂ ਆ ਕੇ ਇੱਥੇ ਨਤਮਸਤਕ ਹੁੰਦੇ ਆ। ਇਸ ਕਰਕੇ ਮੈਂ ਸਾਰੇ ਲੋਕਾਂ ਨੂੰ, ਭਗਤਾਂ ਨੂੰ ਆਹਵਾਨ ਕਰੂੰਗਾ ਕਿ ਆ ਕੇ ਆਪਣੇ ਮਨ ਦੀ ਮੁਰਾਦ ਮੰਗੋ
ਔਰ ਬਾਬਾ ਜੀ ਤੁਹਾਡੀ ਹਰ ਮੁਰਾਦ ਪੂਰੀ ਕਰਨਗੇ। ਅਗਲੇ ਸਾਲ ਫਿਰ ਆ ਕੇ ਸ਼ੁਕਰਾਨਾ ਕਰੋ ਬਾਬਾ ਜੀ ਦਾ ਕਰੋ। ਔਰ ਮੈਂ ਚੱਡਾ ਬਰਾਦਰੀ ਦਾ ਧੰਨਵਾਦ ਕਰੂੰਗਾ ਕਿ ਜਿਹੜੇ ਸਾਰੇ ਵਿਵਸਥਾ ਕਰਦੇ ਉੱਥੇ ਦੀ, ਚੱਡਾ ਟਰੱਸਟ ਦਾ ਵੀ ਧੰਨਵਾਦ ਕਰੂੰਗਾ, ਸ਼ੀਤਲ ਬਿੱਜ ਸਾਹਿਬ ਦਾ, ਸੁਦੇਸ਼ ਚੱਡਾ ਸਾਹਿਬ ਦਾ, ਸੁਦੇਸ਼ ਚੱਡਾ ਜੀ ਦਾ, ਨਸੀਮ ਕਪੂਰ ਸਾਹਿਬ ਦਾ, ਸਾਡੀ ਪੂਰੀ ਟੀਮ ਦਾ। ਅਸੀਂ ਜਿਹੜੀ ਕਿ ਉੱਥੇ ਵਿਵਸਥਾ ਦੇ ਵਿੱਚ ਬੜੀ ਲਗਨ ਔਰ ਭਾਵ ਦੇ ਨਾਲ ਲੰਗਰ ਦੀ ਵਿਵਸਥਾ ਵੀ ਕਰਦੇ ਹਾਂ, ਔਰ ਹਰ ਜਿਹੜਾ ਸ਼ਰਧਾਲੂ ਆਉਂਦਾ ਵਾ ਉਹਨੂੰ ਤਰੀਕੇ ਦੇ ਨਾਲ ਮੱਥਾ ਟਿਕਾਉਣਾ। ਔਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ, ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ, ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ, ਔਰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਜਿਹੜੀਆਂ ਵੀ ਸੜਕਾਂ ਟੁੱਟੀਆਂ ਵਾ ਉੱਥੇ ਪੈਚਵਰ ਕਰਾਇਆ ਜਾਵੇ, ਜਿੱਥੇ ਲਾਈਟ ਦੀ ਵਿਵਸਥਾ ਕਰਨੀ ਲਾਈਟ ਲਵਾਈ ਜਾਵੇ, ਅਤੇ ਪਾਣੀ ਦੇ ਟੈਂਕ ਰੱਖਣੇ ਆ। ਇਹ ਮੇਲਾ ਸਾਡੇ ਸ਼ਹਿਰ ਦੀ ਇੱਕ ਬਹੁਤ ਵੱਡੀ ਮੈਂ ਕਹਿ ਸਕਦਾ ਵਾ ਤਾਕਤ ਹੈ। ਲੋਕ ਇਸ ਮੇਲੇ 'ਤੇ ਦੂਰੋਂ ਦੂਰੋਂ ਆਉਂਦੇ ਆ, ਔਰ ਅਸੀਂ ਵੀ ਬਾਬਾ ਜੀ ਦੇ ਭਗਤ ਹੋਣ ਦੇ ਨਾਤੇ 10 ਸਾਲ ਸੇਵਾ ਨਿਭਾਈ ਆ, ਔਰ ਜੋ ਸਾਡੇ ਭਰਾ ਸਾਨੂੰ ਕਹਿੰਦੇ ਸੀ ਅਸੀਂ ਉਹ ਪੂਰੇ ਕਰਦੇ ਸੀ। ਇਸ ਕਰਕੇ ਫਿਰ ਇੱਕ ਵਾਰੀ ਮੈਂ ਚੱਡਾ ਬਰਾਦਰੀ ਦੇ ਦੋਨੇ ਸਾਡੇ ਜੋ ਸਾਰੀ ਟੀਮ ਆਈ ਆ ਇਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਮੈਂ, ਔਰ ਬਾਬਾ ਜੀ ਦੀ ਅਰਦਾਸ ਕਰੂੰਗਾ ਕਿ ਸਾਰੀ ਟੀਮ ਇਸੇ ਤਰੀਕੇ ਨਾਲ ਤੰਦਰੁਸਤ ਰਹੇ, ਇਹਨਾਂ ਦੀ ਲੰਬੀ ਉਮਰ ਹੋਵੇ, ਇਸੇ ਤਰੀਕੇ ਦੇ ਨਾਲ ਇਹ ਸਾਡੇ ਧਰਮ ਦੀ ਸੇਵਾ ਕਰਦੇ ਰਹਿਣ। ਬਹੁਤ ਬਾਬਾ ਸੋਢਲ ਜੀ ਕੀ ਜੈ।